ਅਸਲਾਮ ਅਲੈਕਮ ਦੋਸਤੋ, ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਅਸੀਂ ਜਾ ਰਹੇ ਹਾਂ ਸਿੱਧ ਖਾਣਾ ਖਾਣ। ਜਨਾਬ ਸਿੱਧ ਵਾਕਿਆ ਹੈ ਗੁਲਿਆਣੇ ਤੋਂ ਅੱਗੇ ਇੱਕ ਪਿੰਡ ਹੈ ਭੱਦਰ। ਭੱਦਰ ਲੈਫਟ ਸਾਈਡ 'ਤੇ ਜਾਂਦਾ ਜੇ ਸਿੱਧ ਆਪਣੇ ਸਾਡੇ ਚੀਫ ਮਾਰਸ਼ਲ ਜਿਹੜੇ ਨੇ ਏਅਰ ਮਾਰਸ਼ਲ ਸਾਹਿਬ ਜ਼ਹੀਰ ਸਿੱਧੂ ਬਾਬਰ, ਉਹਨਾਂ ਦਾ ਅਬਾਈ ਗਾਉਂ ਹੈ। ਅਸੀਂ ਉੱਧਰ ਜਾ ਰਹੇ ਹਾਂ। ਅਸੀਂ ਭੱਦਰ ਚੌਕ 'ਚ ਪਹੁੰਚ ਗਏ ਹਾਂ ਅਤੇ ਨੈਕਸਟ ਸਾਡਾ ਸਟਾਪ ਹੈ ਗੁਲਸ਼ਨ ਹੋਟਲ। ਸਿੱਧ ਅਸੀਂ ਆ ਗਏ ਹਾਂ। ਇਹ ਹੋਟਲ ਮਸ਼ਹੂਰ ਹੋਇਆ ਸੀ ਪਹਿਲਾਂ ਚਾਹ ਤੋਂ। ਉਹਨਾਂ ਦੀ ਯਾਨੀ ਕਿ ਹਰ ਇੱਕ ਚੀਜ਼ ਯਾਨੀ ਖਾਣਾ ਵੀ ਬਿਹਤਰੀਨ ਹੈ ਚਾਹ ਤੋਂ ਇਲਾਵਾ। ਇਹ ਅਸੀਂ ਆ ਗਏ ਹਾਂ। ਹੁਣ ਅਸੀਂ ਸੜਕ ਕ੍ਰਾਸ ਕਰਕੇ ਜਾਵਾਂਗੇ, ਹੋਟਲ ਦੇ ਅੰਦਰ ਦਾਖਲ ਹੁੰਦੇ ਹਾਂ। ਅਸੀਂ ਦਾਖਲ ਹੋ ਰਹੇ ਹਾਂ ਜੀ ਇਹਨਾਂ ਦੇ ਹੋਟਲ 'ਚ। ਪੂਰਾ ਦੇਸੀ ਮਾਹੌਲ ਬਣਿਆ ਹੋਇਆ। ਸਾਹਮਣੇ ਚਾਰ ਪਹੀਆਂ ਨੇ, ਜਿਹਨੇ ਚਾਰ ਪਾਈ 'ਤੇ ਨਹੀਂ ਬੈਠਣਾ, ਕੁਰਸੀ ਟੇਬਲ ਵੀ ਲੱਗੇ ਹੋਏ ਨੇ, ਉੱਥੇ ਤੁਸੀਂ ਬੈਠ ਕੇ ਖਾ ਸਕਦੇ ਹੋ। ਇਹਨਾਂ ਦਾ ਇੱਕ ਰਾਇਤਾ ਹੈ, ਜਿਵੇਂ ਕਿ ਦਹੀਂ ਵਿੱਚ ਖੀਰੇ ਬਰੀਕ ਟਮਾਟਰ ਵਗੈਰਾ ਇਹਨਾਂ ਕੱਟ ਕੇ ਰੱਖਿਆ, ਬੜਾ ਹੀ ਮਜ਼ੇਦਾਰ ਵੀ ਹੁੰਦਾ ਨਾ। ਇਹ ਆਪਣਾ ਡਾਕਟਰ ਤਾਰਕ ਸਾਹਿਬ ਨੇ ਨਾਲ ਬੈਠੇ ਨੇ, ਭਾਈ ਮੁਜ਼ਫਰ ਸਾਹਿਬ। ਇਹਨਾਂ ਆਖਿਆ ਜੀ ਰਾਇਤਾ ਪਹਿਲਾਂ ਚੱਖਾਂ ਕੈਸਾ ਹੈ, ਖੱਟਾ ਤਾਂ ਨਹੀਂ ਹੈ। ਚੱਖਿਆ ਨੇ, ਕਹਿੰਦੇ ਨੇ ਆਹ ਮਜ਼ੇਦਾਰ। ਮੈਂ ਕਿਹਾ ਚੱਲ ਵੀ ਚੱਕ ਲੈਂਦਾ। ਇੰਤਜ਼ਾਰ ਕਰਕੇ ਮੈਂ ਵਾਸ਼ਰੂਮ ਆ ਗਿਆ ਅਤੇ ਵਾਸ਼ਰੂਮ ਚਲੇ ਗਿਆ। ਇਹਨਾਂ ਦਾ ਵਾਸ਼ਰੂਮ ਜਿਹੜਾ ਨਾ ਆਪੋਜ਼ਿਟ ਸਾਈਡ 'ਤੇ ਵੇ, ਅਤੇ ਉੱਥੇ ਹੋ ਕੇ ਉਹ ਜਨਾਬ ਪਹੁੰਚਾਏ ਨੇ ਅੱਗੇ ਤਾਰਕ ਸਾਹਿਬ, ਪਿੱਛੇ ਬੈਠ ਮੁਜ਼ਫਰ ਅਲੀ ਨੇ। ਬੀਫ ਦਾ ਅਸੀਂ ਇਹਨਾਂ ਨੂੰ ਆਰਡਰ ਦਿੱਤਾ ਅਤੇ ਇੰਤਜ਼ਾਰ ਅਸੀਂ ਕਰਦੇ ਰਹੇ ਕਾਫੀ ਦੇਰ ਤੱਕ। ਅਸੀਂ ਇੰਤਜ਼ਾਰ ਕੀਤਾ ਕਿਉਂਕਿ ਫਰੈਸ਼ ਬਣਾਉਂਦੇ ਨੇ, ਹੁੰਦਾ ਨਾ ਇੱਕ ਪਿਆ ਹੁੰਦਾ, ਚਲੋ ਜੀ ਬਣਾ ਕੇ ਲਓ ਜੀ ਖਾਓ। ਇਹ ਖਾਣਾ ਜਿਹੜਾ ਮੰਜੀ ਨੇ ਚੰਗੀ ਮਜ਼ਬੂਤ ਮੰਜੀ ਬਣਾਈ ਹੋਈ ਹੈ। ਇਹ ਆਪਣਾ ਸਾਡਾ ਆਰਡਰ ਆ ਗਿਆ ਅਤੇ ਪਰਾ 'ਤੇ ਜੇ ਵੇਖੋ ਜੀ, ਇਹ ਬੀਫ ਕਮਾਲ ਦਾ ਬਣਿਆ, ਕਾਲੀ ਮਿਰਚ ਅਤੇ ਹਰੀ ਮਿਰਚ। ਉਮੀਦ ਹੈ ਤੁਹਾਡੇ ਮੂੰਹ 'ਚ ਵੀ ਪਾਣੀ ਆ ਗਿਆ ਹੁਣ। ਰੋਟੀ ਵੀ ਜ਼ਬਰਦਸਤ, ਗਰਮਾ ਗਰਮ ਰੋਟੀ ਅਤੇ ਪਰਾ 'ਤੇ ਬੀਫ ਲੱਗਿਆ ਹੋਇਆ, ਜਿਹਦੇ ਨਾਲ ਇੰਝ ਪੂਰਾ ਦੇਸੀ ਮਾਹੌਲ ਨਜ਼ਰ ਆਉਂਦਾ। ਮੈਂ ਕਿਹਾ ਚਲੋ ਹੁਣ ਜ਼ਰਾ ਸਟਾਰਟ ਕਰੋ। ਇਹ ਆਪਣਾ ਸਟਾਰਟ ਹੋ ਗਏ ਨੇ ਗਰਮਾ ਗਰਮ। ਤਾਰਕ ਸਾਹਿਬ ਖਾਨ ਨੇ ਨਾਲ ਰਾਤੀ ਦੀ ਚੁਸਕੀ ਆ ਤਾਰਕ ਸਾਹਿਬ ਦੇ ਪੂਰੇ। ਅਸੀਂ ਵੀ ਆਖਿਆ ਅਸੀਂ ਵੀ ਖਾ ਲਈਏ, ਵੀਡੀਓ ਬਣਾਉਂਦੇ ਰਹਿਣੇ। 7 Up ਵੀ ਪਹੁੰਚ ਆਈਏ ਜੀ, ਬੜੀ ਦੂਰ ਹੈ, ਬੜੇ ਟਾਈਮ ਨਾਲ ਪਹੁੰਚੀਏ, ਮੈਂ ਲੇਟ ਨਾ ਹੋ ਜਾਏ। ਅਤੇ ਮੈਂ ਇਹਨਾਂ ਨੂੰ ਆਖਿਆ ਚਲੋ ਤੁਸੀਂ ਖਾਓ ਅਤੇ ਮੈਂ ਤੁਹਾਨੂੰ ਨਾ ਨਾਲ ਬੋਤਲ ਪਾ ਦਿੰਦਾ ਵਾਂ, ਤੁਸੀਂ ਖਾਂਦੇ ਰਹੋ। ਇਹ ਨਾ ਹੋਵੇ ਕਿ ਆਖੋ ਜੀ ਅਸੀਂ ਘੱਟ ਖਾਧੀਏ। ਇਹ ਗਰਮਾ ਗਰਮ ਰੋਟੀ ਵੀ ਆ ਗਈ ਹੈ। ਮੈਂ ਚਲੋ ਤੁਹਾਨੂੰ ਮੈਂ ਨਾ ਬੋਤਲ ਪਾ ਦਿੰਦਾ, ਇਹਨਾਂ ਨੂੰ ਬੋਤਲ ਪਾ ਕੇ ਦੇਣ ਲੱਗਾ। ਕਿਉਂਕਿ ਬਾਅਦ ਵਿੱਚ ਬੰਦਾ ਹੋਟਲ 'ਤੇ ਖਾਣਾ ਖਾਣ ਜਾਏ ਨਾ ਅਤੇ ਬੰਦਾ ਆਖਣਾ ਯਾਰ ਪਾਣੀ ਪਾ ਦੇ, ਬੋਤਲ ਪਾ ਦੇ, ਤਾਂ ਬੜਾ ਹੀ ਗੁੱਸਾ ਲੱਗਦਾ, ਕਿਉਂਕਿ ਉਹ ਵਿੱਚ ਵਕਫਾ ਆ ਜਾਂਦਾ ਨਾ ਖਾਂਦਿਆਂ। ਇਸ ਵਾਸਤੇ ਲਓ ਜੀ ਇਹਨਾਂ ਦੇ ਮੈਂ ਪੈਕ ਤਿਆਰ ਕਰ ਦਿੱਤੇ ਨੇ। ਜੈਨੂਅਨ 7 Up ਤਾਂ ਨਹੀਂ ਲੱਗ ਰਹੀ ਕਿਉਂਕਿ ਸਾਰੀਆਂ ਬੋਤਲਾਂ 2 Number ਹੀ ਆ ਰਹੀਆਂ। ਲਓ ਜੀ ਮੈਂ ਖਾਣਾ ਖਾ ਕੇ ਫ੍ਰੀ ਹੋ ਗਿਆ ਅਤੇ ਮੈਂ ਆ ਗਿਆ ਹੱਥ ਧੋਣ। ਮੈਂ ਆਖਿਆ ਅਸੀਂ ਤਾਂ ਹੱਥ ਧੋਈਏ, ਤੁਸੀਂ ਖਾਓ ਰਗੜੋ। ਇਹ ਅਸੀਂ ਹੱਥ ਧੋ ਰਹੇ ਹਾਂ, ਨਾਲ ਹੀ ਇਹਨਾਂ ਦਾ ਬੇਸਨ ਹੈ, ਯਾਨੀ ਕਿ ਹੱਥ ਧੋਣ ਦਾ ਵੀ ਨਿਜ਼ਾਮ ਹੈ। ਕਈ ਵਾਰੀ ਕਰਦੇ ਨੇ ਯਾਰ ਉਹ ਕਿੱਥੇ ਹੱਥ ਧੋਣੇ ਨੇ, ਉਹ ਬਾਹਰ ਦੂਰ ਦੂਰ 'ਚ, ਲੇਕਿਨ ਨਜ਼ਦੀਕ ਇਹਨਾਂ ਨਾ ਸੈਟਅਪ ਰੱਖਿਆ ਹੋਇਆ ਹੱਥ ਧੋਣ ਦਾ। ਖਾ ਕੇ ਫ੍ਰੀ ਹੋ ਗਏ ਅਤੇ ਇਹਨਾਂ ਨੂੰ ਆਖਿਆ ਕਿ ਯਾਰ ਇਹ ਸਫਾਈ ਕਰ ਦਿਉ। ਮੰਚਾ ਇਹਦਾ ਅਸੀਂ ਆਰਡਰ ਦਿੱਤਾ, ਮੰਜਾ ਇਹਨੂੰ ਮੰਜਾ ਆਖਦੇ ਨੇ, ਮੰਜਾ ਅਸੀਂ ਸਹੀ ਸਾਫ ਕਰ ਦਿਉ।
ਲੜਕਾ ਆਇਆ ਹੈ। ਇਹਨਾਂ ਦਾ ਇੰਤਜ਼ਾਮੀਆ ਵੀ ਬਹੁਤ ਹੀ ਅੱਛੀ ਹੈ ਨਾ, ਸਹੀ ਤਾਵਨ ਕਰਦੇ ਨੇ, ਕੋਈ ਗੁੱਸਾ ਨਹੀਂ ਕਰਦੇ ਹੈ, ਸਹੀ ਟ੍ਰੀਟ ਕਰਦੇ ਨੇ। ਹੁਣ ਇਹ ਨਾ ਆਖਿਓ ਨਾ ਪੈਸੇ ਲੈਣੇ ਹੁੰਦੇ ਨੇ ਅਤੇ ਟ੍ਰੀਟ ਤਾਂ ਸਹੀ ਕਰਨਾ, ਬਾਅਦ ਕਾਤ ਵੇਟਰ ਵੀ ਬੜੇ ਕਪੱਤੇ ਹੁੰਦੇ ਨੇ। ਇਹ ਬਹਿ ਗਿਆ ਇਹਨੇ ਆਰਾਮ ਨਾਲ ਕਿ ਚਾਹੇ ਆਏ ਤਾਂ ਚਾਹੇ ਮੋਜ ਫਰਮਾਈ ਤਾਂ ਫਿਰ ਜਾਈਏ। ਇਹ ਚਾਹ ਵੀ ਆ ਗਈ, ਚਾਹੇ ਵੀ ਜ਼ਬਰਦਸਤ ਨਜ਼ਰ ਆ ਰਹੀ ਹੈ ਉਹਨੀ ਸ਼ਕਲ ਤੋਂ, ਕਮਾਲ ਦੀ ਲੱਗ ਰਹੀ ਹੈ। ਅਤੇ ਇਹਨੇ ਛੁੜੰਗ ਛੁੜੰਗ ਕਰਕੇ ਵੀ ਐਂ ਆਹ ਚਾਹੇ ਚਾਹੀਏ ਕੌਣ ਸੀ ਜਨਾਬ, ਗੁਲਸ਼ਨ ਕੀ ਚਾਹੇ, ਗੁਲਸ਼ਨ ਹੋਟਲ ਕੀ ਚਾਹੇ, ਕਮਾਲ ਦੀ। ਹਾਂ ਤਾਰਕ ਸਾਹਿਬ ਕਹਿਤਾ ਖਵਾ ਜੀ ਵਾਹ ਮਜ਼ਾ ਆ ਗਿਆ, ਅਸੀਂ ਚਾਹ ਪੀ ਲਿਆ ਆਖਿਆ ਲਿਆਓ। ਹਾਂਜੀ ਬਿੱਲ, ਇਹ ਬਿੱਲ ਆ ਗਿਆ ਸਾਹਮਣੇ, ਬਿੱਲ ਬਣਿਆ ਜੀ 3,370 ਰੁਪਏ, 300 ਦੀ ਕੜਾਈ, 270 ਰੁਪਏ ਦੇ ਚਾਹ ਦੇ ਕੱਪ, 250 ਰੁਪਏ ਦਾ ਰਾਇਤਾ, 200 ਰੁਪਏ ਦੀ ਬੋਤਲ, 300 ਰੁਪਏ ਪਰ ਹੈਡ ਅਤੇ 50 ਰੁਪਏ ਸਰਵਿਸ ਚਾਰਜਸ। ਅਤੇ ਇਹ ਅਸੀਂ ਇਹਨਾਂ ਨੂੰ ਪੇਮੈਂਟ ਕਰਕੇ ਜੀ ਜਾ ਰਹੇ ਹਾਂ। ਬੜਾ ਹੀ ਮਜ਼ਾ ਆਇਆ ਖਾਣਾ ਖਾ ਕੇ ਅਤੇ ਐਂਡ ਦੇ ਚਾਹ ਦਾ ਮਜ਼ਾ। ਤਾਰੇ ਸਾਹਿਬ ਚੱਲੀਏ ਫਿਰ, ਤਾਰੇ ਸਾਹਿਬ ਨੂੰ ਛੂੰ ਛੂੰ ਲੱਗ ਗਈ ਮਿਰਚ ਮਸਾਲਾ ਖਾ ਕੇ। ਓਕੇ ਜਨਾਬ, ਅਸੀਂ ਹੁਣ ਜੀ ਵਾਪਸੀ ਤਰਫ ਜਾ ਰਹੇ ਹਾਂ। ਹਨੇਰਾ ਕਾਫੀ ਹੋ ਗਿਆ, ਕਾਫੀ ਟਾਈਮ ਹੋ ਗਿਆ ਸੀ। ਲਓ ਜੀ ਗੁਲਸ਼ਨ ਹੋਟਲ ਜੀ ਬਾਏ ਬਾਏ ਜਾ ਰਹੇ ਹਾਂ ਅਸੀਂ, ਮਿਲਦੇ ਹਾਂ ਤੁਹਾਨੂੰ ਅਗਲੇ ਵਲਾਗ ਵਿੱਚ। ਸਾਡੇ ਵਾਸਤੇ ਦੁਆ ਕਰਿਓ, ਅੱਲਾਹ ਤਾਲਾ ਸਾਨੂੰ ਵੀ ਸਿਹਤ ਦੇ ਅਤੇ ਤੁਹਾਨੂੰ ਵੀ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇ, ਤਾਂ ਕਿ ਤੁਸੀਂ ਸਾਡੀ ਵੀਡੀਓ ਵੇਖਦੇ ਰਹੋ। ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਉ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਉ। ਓਕੇ ਜੀ, ਅੱਲਾਹ ਹਾਫਿਜ਼। Subscribe to my channel.